ਬਠਿੰਡਾ ਦੇ ਹਰਬੰਸ ਨਗਰ ਵਿਖੇ ਕਿਰਾਏ ਤੇ ਦਿੱਤੇ ਮਕਾਨ ਦੇ ਕਿਰਾਏਦਾਰਾਂ ਵੱਲੋਂ ਮਕਾਨ ਮਾਲਕ ਦੀ ਕੀਤੀ ਕੁੱਟਮਾਰ, ਜਿਸ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਨੇ ਕੀਤੀ ਬਠਿੰਡਾ ਮਾਨਸਾ ਰੋਡ ਜਾਮ। ਦੱਸ ਦਈਏ ਕਿ ਬਠਿੰਡਾ ਦੇ ਹਰਬੰਸ ਨਗਰ ਵਿਖੇ ਇੱਕ ਜੋ ਵਿਡੋ ਔਰਤ ਹੈ, ਵਿਧਵਾ ਔਰਤ ਹੈ, ਉਸ ਵੱਲੋਂ ਇੱਕ ਮਕਾਨ ਕਿਰਾਏ ਤੇ ਦਿੱਤਾ ਹੋਇਆ ਸੀ ਤਾਂ ਉਸ ਦੇ ਕਿਰਾਏਦਾਰ ਵੱਲੋਂ ਉਸ ਮਕਾਨ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਅੱਜ ਉਸ ਦੀ ਔਰਤ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬੇਪਤ ਵੀ ਕੀਤਾ ਗਿਆ, ਜਿਸ ਨੂੰ ਲੈ ਕੇ ਉਹ ਔਰਤ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੈ। ਲੇਕਿਨ ਮੁਹੱਲਾ ਨਿਵਾਸੀ ਸਾਰੇ ਉਸ ਵਿਧਵਾ ਔਰਤ ਦੇ ਨਾਲ ਹਨ ਅਤੇ ਮੁਹੱਲਾ ਨਿਵਾਸੀਆਂ ਨੇ ਅਪੀਲ ਕੀਤੀ ਕਿ ਉਸ ਕਿਰਾਏਦਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਮਾਨਸਾ ਰੋਡ ਦੀਆਂ, ਜਿੱਥੇ ਹਰਬੰਸ ਨਗਰ ਵਿਖੇ ਜਿੱਥੇ ਉਸ ਮਕਾਨ ਦੇ ਬਾਹਰ ਇਹ ਸਾਰਾ ਮੁਹੱਲਾ ਇਕੱਠਾ ਹੋਇਆ ਬੈਠਾ ਅਤੇ ਉਸ ਤੋਂ ਬਾਅਦ ਇਸ ਮੁਹੱਲਾ ਨਿਵਾਸੀਆਂ ਨੇ ਬਠਿੰਡਾ ਮਾਨਸਾ ਰੋਡ ਜਾਮ ਵੀ ਕੀਤੀ। ਉਹਨਾਂ ਕਿਹਾ ਕਿ ਇਸ ਵਿਧਵਾ ਔਰਤ ਨੂੰ ਇਨਸਾਫ ਦਵਾਇਆ ਜਾਵੇ ਅਤੇ ਜੋ ਕਿਰਾਏਦਾਰ ਇਸ ਦੇ ਮਕਾਨ 'ਤੇ ਕਬਜ਼ਾ ਕਰ ਰਿਹਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਜੋ ਇਸ ਔਰਤ ਨੂੰ ਬੇਪਤ ਕੀਤਾ ਗਿਆ ਉਸ 'ਤੇ ਵੀ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀ ਮਾਨਸਾ ਰੋਡ ਦੀਆਂ, ਜਿੱਥੇ ਮੁਹੱਲਾ ਨਿਵਾਸੀਆਂ ਵੱਲੋਂ ਇਸ ਔਰਤ ਦੇ ਹੱਕ ਦੇ ਵਿੱਚ ਬਠਿੰਡਾ ਮਾਨਸਾ ਰੋਡ ਨੂੰ ਜਾਮ ਕੀਤਾ ਹੈ ਅਤੇ ਲੰਬੀਆਂ ਲਾਈਨਾਂ ਟ੍ਰੈਫਿਕ ਦੀਆਂ ਲੱਗ ਚੁੱਕੀਆਂ ਹਨ। ਹਰਦੀਪ ਸਿੰਘ, ਹਾਂਜੀ, ਕਿਹੜਾ ਮੁੱਲਾ? ਹਰਬੰਸ ਨਗਰ। ਕੀ ਹੋਇਆ ਜੀ? ਇੱਥੇ ਇੱਕ ਮਕਾਨ ਕਿਰਾਏ 'ਤੇ ਦਿੱਤਾ ਪਿਆ ਸੀ ਬਘੇਲ ਸਿੰਘ ਨੂੰ, ਉਹ ਅੱਜ ਤਿੰਨ ਬੰਦੇ ਨਾਲ ਇੱਕ ਲੇਡੀ ਉਹਦੀ ਘਰ ਵਾਲੀ ਇਹਨਾਂ ਦੇ ਘਰ ਆਏ ਹੈ, ਉਹ ਜਿੰਦਾ ਲਾਉਣ ਲੱਗੇ ਆਪਦੇ ਮਕਾਨ ਨੂੰ ਤਾਂ ਇਹਨਾਂ ਨੂੰ ਉੱਤੋਂ ਫੜ ਕੇ ਨਾਲ ਤਾਂ ਉਹਨੂੰ ਘੜੀਸਿਆ, ਨਾਲੇ ਉਹਨੂੰ ਫੜ ਕੇ ਅੰਦਰ ਲਿਜਾਂਦਾ ਸੀ, ਉਹਨਾਂ ਦੀ ਨਾਲੇ ਉਂਗਲਾਂ ਤੋੜੀਆਂ ਨਾਲੇ ਕੱਪੜੇ ਵਾਲੇ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ। ਮਾੜੀ ਨੀਤ, ਮਾੜੀ ਨੀਤ। ਮੇਰਾ ਨਾਮ ਪਰਮਜੀਤ ਹੈ, ਮੈਂ ਇਸ ਮੁਹੱਲੇ 'ਚ ਰਹਿੰਦੀ ਹਾਂ, ਬਹੁਤ ਪੁਰਾਣੇ ਆ। ਅਮੀ ਚੰਦ ਬਾਈ ਜੀ ਸਾਨੂੰ ਚੰਗੀ ਤਰ੍ਹਾਂ ਜਾਣਦੇ ਸੀ, ਇਹ ਵੀ ਪੁਰਾਣੇ ਆ। ਅੱਜ ਇਸ ਜਿਹੜੀ ਅਮੀ ਚੰਦ ਦੀ ਨੂੰਹ ਨਾਲ ਹੋਇਆ ਉਹਦੀ ਅੱਜ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਸ ਕਿਰਾਏਦਾਰ ਨੇ, ਉਹਦੀ ਬਾਂਹ ਵੀ ਮਰੋੜੀ ਤਾਂ ਉਹਦੀ ਗੁੱਤਾਂ ਵੀ ਖੋਤੋ, ਵਾਲ ਵੀ ਖਿੱਚ ਮਰੋੜ ਕੀਤੇ। ਪਰ ਕਿਉਂ ਕੀਤੇ? ਉਹਨੇ ਆਪਦੀ ਸੱਸ ਨੂੰ ਤਾਂ ਬਚਾ ਲਿਆ ਅਤੇ ਪਰ ਆਪ ਨੂੰ ਨਾ ਬਚਾ ਪਾਈ। ਉਹਦੀ ਬਾਂਹ ਮਰੋੜ ਕੇ ਉਹਦੀ ਇੱਜ਼ਤ ਨੂੰ ਜਦੋਂ ਹੱਥ ਪਾਉਂਦਾ ਸੀ ਅੱਜ ਇਹਦੀ ਨੂੰ ਪਾਉਂਦੇ ਆ। ਕੱਲ੍ਹ ਕੁੜੀ ਵੀ ਜਵਾਨ ਆ, ਉਹਦੀ ਬੱਚਤ ਕਿਵੇਂ ਕਰੂਗੀ? ਇਹ ਪ੍ਰਸ਼ਾਸਨ ਤੋਂ ਸਾਨੂੰ ਮੰਗ ਹੈ ਕਿ ਵੀ ਸਾਡੀ ਇਸ ਬੱਚੀ ਨਾਲ ਵੀ ਵਿਡੋ ਆ, ਨਾਲੇ ਵਿਡੋ ਦੀ ਰੱਖਿਆ ਕਰੋ। ਬਸ ਮੈਂ ਇੰਨੀ ਕਹਿੰਦੀ ਹੋਈ ਵੀ ਸਾਡੀ ਪੁਲਿਸ ਮੁਲਾਜ਼ਮ ਦੇ ਘਰੋਂ ਹੁੰਦਿਆਂ ਉਹਨਾਂ ਦੀ ਨਹੀਂ ਇਹ ਸੁਰੱਖਿਆ ਹੁੰਦੀ ਤਾਂ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਊਗਾ? ਇਹ ਹਾਂ, ਕੱਪੜੇ ਵੀ ਪਾੜੇ, ਬਾਂਹ 'ਤੇ ਵੀ ਸੱਟ ਮਾਰੀ, ਗਾਲੀ ਗਲੋਚ ਵੀ ਦਿੱਤੀ, ਬਾਜੂ ਮਰੋੜ ਕੇ ਅੰਦਰ ਸੁੱਟੀ। ਬੰਦੇ ਦੀ ਦੇਖੋ ਕੀ ਹੁੰਦੀ ਹੈ, ਜਨਾਨੀ ਕੀ ਕਰ ਸਕਦੀ ਹੈ? ਜਿਹੜਾ ਅੱਜ ਇਹਦੇ 'ਤੇ ਇੱਜ਼ਤ ਦਾ ਹੱਥ ਪਾਇਆ ਕੱਲ੍ਹ ਨੂੰ ਹੋਰ ਕਿਸੇ 'ਤੇ ਵੀ ਪਾ ਸਕਦਾ। ਕਿਰਾਏਦਾਰ ਆ, ਇੰਨਾ ਹੱਕ ਨਹੀਂ ਅਸੀਂ ਮੁਹੱਲੇ 'ਚ। ਹਾਂਜੀ, ਅੰਦਰ ਅੰਦਰ ਲਿਜਾਂਦਾ ਸੀ ਖਿੱਚ ਕੇ, ਜਦੋਂ ਬਾਂਹ ਮਰੋੜੀ ਉਹਦੀ ਬਾਂਹ ਮਰੋੜ ਕੇ ਅੰਦਰ ਨੂੰ ਲਿਜਾ, ਇੱਜ਼ਤ ਦਾ ਹੀ ਮਸਲਾ ਹੋ ਗਿਆ। ਕੋਠੇ ਤੋਂ ਸੁੱਟਣ ਦੀ ਕੋਸ਼ਿਸ਼ ਕਰਦਾ ਸੀ ਵੀ ਇਹਨੂੰ ਮੈਂ ਮਾਰ ਦਿਆਂ, ਇੰਨਾ ਨਹੀਂ ਚਾਹੀਦਾ। ਇਹ ਸਾਡਾ ਧਿਆਨ ਰੱਖੋ, ਪਰ ਇਹ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਵੀ ਜਿੰਨਾ ਇਹਦਾ ਕਿਰਾਏਦਾਰ ਨੂੰ ਉਠਾ ਕੇ ਬਾਹਰ ਮਾਰਨ ਜੀ, ਅਸੀਂ ਚਾਹੁੰਦੇ ਨਹੀਂ ਮਕਾਨ ਖਾਲੀ ਚਾਹੀਦਾ ਸਾਨੂੰ। ਬਾਬੂ ਰਾਮ ਸ਼ਰਮਾ, ਲੈਂਡ ਇੰਸਪੈਕਟਰ ਪੰਜਾਬੀ ਹੋਇਆ। ਇਹ ਜੀ ਇਹਨਾਂ ਨੇ ਮਕਾਨ ਕਿਰਾਏ 'ਤੇ ਮਕਾਨ ਇਹਨੂੰ ਰਹਿਣ ਲਈ ਦਿੱਤਾ ਸੀਗਾ ਬਘੇਲ ਸਿੰਘ ਨੂੰ, ਅਤੇ ਉਹਨਾਂ ਦਾ ਜਿਹੜਾ ਬੇਟਾ ਉਹਦੀ ਡੈਥ ਹੋ ਗਈ ਹੈ, ਅਤੇ ਆਪਣਾ ਅਮੀ ਚੰਦ ਦਾ ਜਿਹੜਾ ਇਹਨਾਂ ਸਹੁਰਾ ਸਾਹਿਬ ਸੀ ਕੁੜੀ ਦਾ, ਉਹਦੀ ਵੀ ਡੈਥ ਹੋ ਗਈ ਹੈ। ਅੱਜ ਇਹਨਾਂ ਨੇ ਕੋਸ਼ਿਸ਼ ਕੀਤੀ ਬਘੇਲ ਸਿੰਘ ਨੇ ਵੀ ਮਕਾਨ 'ਤੇ ਕਬਜ਼ਾ ਕਰ ਲਾਂ, ਇਸ ਨੀਤ ਨਾਲ ਇਹ ਚਾਰ ਬੰਦੇ ਅਤੇ ਇੱਕ ਜਨਾਨੀ ਤਾਹਾਂ ਚੜ੍ਹੇ ਅਤੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ, ਉਹਨਾਂ ਦੀ ਬੇਇੱਜ਼ਤੀ ਕੀਤੀ ਅਤੇ ਉਹਨਾਂ ਨੂੰ ਮਾਰਨ ਦੀ ਨਾ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ, ਉਹਨੂੰ ਘੜੀਸ ਕੇ ਲੇਡੀ ਨੂੰ ਕੁੜੀ ਨੂੰ ਥੱਲੇ ਲੈ ਕੇ ਆਏ ਅਤੇ ਉਹਦੇ ਸੱਟਾਂ ਮਾਰੀਆਂ ਅਤੇ ਉਹਨੂੰ ਕਹਿੰਦੇ ਵੀ ਤਾਲੇ ਖੋਲਣੇ, ਤਾਲੇ ਨਹੀਂ ਖੋਲੇ, ਬਸ ਇੰਨੀ ਗੱਲ ਹੋਈ ਹੈ। ਉਹਦੇ ਸੱਟਾਂ ਲੱਗੀਆਂ ਜਿਸ ਕਰਕੇ ਉਹਨੂੰ ਦਾਖਲਾ ਹਸਪਤਾਲ ਕਰਾਇਆ ਗਿਆ ਅਤੇ ਮੁਹੱਲੇ ਵੱਲੋਂ ਸਾਰੇ ਇਕੱਠ ਕੀਤਾ ਗਿਆ ਅਤੇ ਪੁਰਜ਼ੋਰ ਮੰਗ ਕਰਦੇ ਹਾਂ ਮੁਹੱਲੇ ਵਾਲੇ ਵੀ ਇਹਦੇ ਖਿਲਾਫ਼, ਇਹਨਾਂ ਦੇ ਗੁੰਡਾ ਆਦਮੀ ਹੈ, ਇਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਹਦੀ ਜਨਾਨੀ ਹੈ ਜੇ ਗੈਰ ਜਨਾਨੀ ਰੱਖੀ ਹੈ ਇੱਥੇ, ਇਹ ਵੀ ਪਤਾ ਲੱਗਿਆ ਵੀ ਇਹਦੇ ਕੋਲ ਜਨਾਨੀ ਵੀ ਗੈਰ ਰੱਖੀ ਹੋਈ ਹੈ, ਇਹਦੇ ਪੜਤਾਲ ਕਰਕੇ ਸਭ ਤੋਂ ਵੱਧ ਇਹਦੇ ਖਿਲਾਫ਼ ਕਰਨਾ। ਮੈਂ ਡਾਕਟਰ ਕਨੈਲ ਸਿੰਘ, ਹਰਬੰਸ ਨਗਰ ਮੁਹੱਲੇ ਦਾ ਪ੍ਰਧਾਨ ਹੈ, ਰਿਟਾਇਰਡ ਖੇਤੀਬਾੜੀ ਅਫਸਰ ਹੈ। ਇਹ ਜਿਹੜਾ ਘਰ ਹੈ, ਸ਼੍ਰੀ ਅਮੀਤ ਚੰਦ ਦਾ ਰਿਟਾਇਰਡ ਇੰਸਪੈਕਟਰ ਹੈ ਜੋ ਕਿ ਸੁਰਗਵਾਸ ਹੋ ਚੁੱਕਿਆ ਹੈ, ਪਿਛਲੇ ਫਰਵਰੀ 'ਚ ਉਹਦਾ ਲੜਕਾ ਵੀ ਸੁਰਗਵਾਸ ਹੋ ਚੁੱਕਿਆ ਹੈ। ਅੱਜ ਇਸ ਬੰਦੇ ਨੇ ਜਿਹੜਾ ਕਿ ਇਹਨਾਂ ਜਿਹਨੂੰ ਸ਼ਰਨ ਦਿੱਤੀ ਸੀ, ਇਹਦਾ ਨਾਂ ਕੀ ਹੈ, ਬਘੇਲ ਸਿੰਘ ਸਨ, ਉਹ ਸੁਖਦੇਵ ਸਿੰਘ ਪਿੰਡ ਕਟਾਰ ਸਿੰਘਲਾ ਤੋਂ
ये चरणजीत सिंह ने इनू शरणजीत दोस्ती च अज ये बुरी नीयत ना मकान ते कब्जा करना चाहुंदा ते हर थां लिखी बैठा है ते अज बुढ़िया दे पौड़ियां ते चढ़ के जदों ये मूवी बना रहा सी बुढ़िया ने क्या मूवी बना बुढ़िया पौड़ियां चढ़ के बुढ़िया नूं खिच के माई दे सट्टां मारियां उहदा लड़की नूं खिच के धरती दे फरसे मारिया ते उहदे डांग मारी उंगलां तोड़तियां ते गुझियां सट्टां मारियां ते साडी सारे महल्लां दी पुरजोर बेनती है इस नूं इस घर नूं इनसाफ दवाया कि कल्लियां बुढ़ियां ते हमला करना हरेक दी ती पैण दी इज्जत हुंदी है अज साडे महल्ले दी इज्जत नूं उहने हत्थ पाया इसलिए असीं पुरजोर प्रशासन तों सरकार तों मंग करदे हां कि इस बंदे ते वध तों वध सजावां ला तरावां ला के इहनूं सज़ा दित्ती जावे क्योंकि इकला बंदा कोई वड्डा नहीं दा सारा महल्ला इक पासे है भावें साडे सारे महल्ले नूं जदों मर्जी इकत्र करके साडे बयान ले जाण ये महल्ले ने महल्ले वास्ते कलंक है साडे वास्ते क्योंकि साडे धीआं भैणां अज इहनां नूं चिंबड़िया कल नूं साडियां धीआं भैणां चिंबड़ूगा तो इसलिए इस महल्ले चों कढ़िया जावे वाहिगुरू जी का खालसा वाहिगुरू जी कृष्णा देवी की होया मामला जी अज की होया साडे मेरी नूं असीं मेरे मैनूं तां दींदा नहीं गा मैनूं निगाह मेरी बहुत घट है अज की होया अज बंदे आए थले इहदे बोटी साडी नूं कहिंदे जिंदे खोलो साडे कमरे नूं जिंदे क्यों लै जाए ये कोठे से जाते बस पौड़ियाँ जी घोल मसोड़े हो गए मैं तो अन्नी हो गई दसनों हट गया मैंने तो मैं वो ये धर्मा किधर गया वो किधर गया फलाना किधर गया वो तो आपस में कर गए पता नहीं लगे मैं तो चला के मारा इतने मेरे फटके वहाँ आई इतों दुख था मेरे आप जी सट एकदम बघेल स्यों किराए तो रेंदे साडे कब्जा करते हो कहते हाँ असी नहीं उठते नहीं साडा घर है जी कितने रहने मेरा नाम रमनदीप है जी हरबंस नगर च रहने मामला होया जी ਤੁਹਾਡੀ ਕੁੱਟਮਾਰ ਹੋਈ ਹੈ ਵੀ ਉਹ ਸਾਡਾ ਉਹ ਥੱਲੇ ਰਹਿੰਦਾ ਸੀ ਅਸੀਂ ਪਹਿਲਾਂ ਤਾਂ ਅਸੀਂ ਕਿਰਾਏ ਤੇ ਵੀ ਨਹੀਂ ਦਿੱਤਾ ਫਿਰ ਹੁਣ ਉਹ ਸਾਡੇ ਮਕਾਨ ਤੇ ਕਬਜ਼ਾ ਕਰਨ ਨੂੰ ਫਿਰਦਾ ਜੀ ਕੌਣ ਬੰਦੇ ਉਹ ਕਟਾਰ ਸਿੰਘ ਵਾਲਿਆਂ ਦਾ ਜੀ ਬਘੇਲ ਸਿੰਘ ਉਹ ਹਰਪ੍ਰੀਤ ਨਾਂ ਦੇ ਨਾਂ ਤੇ ਰਹੀ ਜਾਂਦਾ ਜੀ ਕਿਰਾਏ ਤੇ ਰਹਿੰਦੇ ਤੁਹਾਡੇ ਮਕਾਨ ਚ ਹਾਂਜੀ ਥੱਲੇ ਅੱਜ ਕੀ ਹੋਇਆ ਅੱਜ ਜੀ ਉੱਪਰ ਆਏ ਦੋ ਜਣੇ ਚਾਰ ਜਣੇ ਸੀਗੇ ਇੱਕ ਧਰਮ ਸਿੰਘ ਇੱਕ ਲਵਿੰਦਰ ਸਿੰਘ ਸੀ ਇੱਕ ਹੋਰ ਸੀਗਾ ਜੀ ਉਹ ਰੋਜ਼ ਹੀ ਆਉਂਦਾ ਜੀ ਉਹਦੇ ਕੋਲ ਸੁਨਿਆਰਾ ਸੀ ਕੋਈ ਹਾਂਜੀ ਅਤੇ ਇੱਕ ਦੋਨੇ ਜਾਣੇ ਮੀਆਂ ਬੀਬੀ ਆਪ ਜੀ ਮੈਨੂੰ ਉਹ ਤੂੰ ਕਿਹੜੀ ਕੀਤਾ ਮੰਮੀ ਦੀ ਬਾਂਹ ਮਰੋੜਤੀ ਜੀ ਅਤੇ ਮੇਰੇ ਆਹ ਇੱਥੇ ਸਾਰੇ ਕੁੱਟਮਾਰ ਮੁੱਕੀਆਂ ਮਾਰੀਆਂ ਜੀ ਮੇਰੇ ਅਤੇ ਪੌੜੀਆਂ 'ਚ ਲੈ ਆਏ ਅਸੀਂ ਉੱਪਰ ਰਹਿੰਦੇ ਹਾਂ ਜੀ ਥੱਲੇ ਉਹ ਅਤੇ ਕਹਿੰਦੇ ਤਾਲੇ ਖੋਲੋ ਤੁਸੀਂ ਤਾਲੇ ਕਿਉਂ ਲਾਇਆ ਮੈਂ ਸਾਰੇ ਮਕਾਨ 'ਤੇ ਕਬਜ਼ਾ ਕਰਨ ਫਿਰਦਾ ਜੀ ਫਿਰ ਕੀ ਹੋਇਆ ਫਿਰ ਉਹਨਾਂ ਨੇ ਕੁੱਟਮਾਰ ਕਰਨ ਲੱਗ ਗਏ ਅਤੇ ਫਿਰ ਰੌਲਾ ਪੈ ਗਿਆ ਜੀ ਮਹੱਲੇ ਵਾਲੇ ਇਕੱਠੇ ਹੋ ਗਏ ਸਾਰੇ ਪ੍ਰਸ਼ਾਸਨ ਤੋਂ ਐਵੇਂ ਸਾਡੇ ਮਕਾਨ ਤੇ ਵੀ ਸਾਡੇ ਕੋਈ ਹੈ ਨਹੀਂ ਅਸੀਂ ਤਿੰਨੇ ਲੇਡੀਜ਼ ਹੈ ਜੀ ਮੇਰੀ ਇੱਕ ਬੇਟੀ ਹੈ ਜੀ ਜਵਾਨ ਇੱਕ ਮੇਰੀ ਸੱਸ ਹੈ ਇੱਕ ਮੈਂ ਤਿੰਨੇ ਸਾਨੂੰ ਵੀ ਸਾਨੂੰ ਮਕਾਨ ਸਾਡਾ ਸਾਰੇ ਮਹੱਲੇ ਵਾਲੇ ਸਾਡੇ ਨਾਲ ਹੈ ਜੀ ਸਾਨੂੰ ਵੀ ਸਾਡਾ ਮਕਾਨ ਹਾਂਜੀ ਗਲਤ ਹਰਕਤਾਂ ਕਰਦਾ ਜੀ ਸ਼ਰਾਬ ਪੀ ਕੇ ਸਾਰਾ ਦਿਨ ਉੱਤੇ ਰਾਤ ਨੂੰ ਨੰਗਾ ਤੁਰਿਆ ਫਿਰਦਾ ਜੀ ਇਕੱਲੇ ਨਿੱਕਰ 'ਚ ਅਤੇ ਸਾਨੂੰ ਹੁਣ ਜਮ੍ਹਾਂ ਨੀਚੇ ਨਹੀਂ ਉੱਤਰ ਸਕਦੇ ਜੀ ਅੱਜ ਅਸੀਂ ਕਦੇ ਵੀ ਆ ਜਾਈਏ ਵੀਡੀਓ ਬਣਾਈ ਜਾਊਗਾ ਸਾਰਾ ਦਿਨ ਵੀਡੀਓ ਬਣਾਈ ਜਾਊਗਾ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ